हेलो एवरीवन, वेलकम टू अ न्यू वीडियो। आज दी इस वीडियो में असीं गल करांगे उन्हां बच्चों बारे जिन्हां ने अपनी 12th विदाउट मैथ पास की है विद मेडिकल स्ट्रीम। बहुत सारे बच्चों दीआं कॉल्स आईआं जिन्हां ने सानूं कई बार काउंसलिंग वास्ते पुछिआ कि उन्हां ने जिहड़ी अपनी प्लस टू है विदाउट मैट की है विद मेडिकल स्ट्रीम, तो हुण कहड़े कहड़े कोर्स से जिहड़े कैनेडा विच उह अप्लाई कर सकते हैं ते कहड़े कहड़े कोर्सिस दे विच उन्हां नूं ऑफर लैटर मिल जाएगा। सो इस वीडियो विच असीं उन्हां कोर्सिस ते उन्हां कोर्सिस नूं कंप्लीट करन तों बाद जॉब अपॉर्चुनिटीज बारे गल करांगे। पहला डिप्लोमा जो साडी लिस्ट विच है उह है डिप्लोमा ऑफ बायोटेक्नोलॉजी। डिप्लोमा ऑफ बायोटेक्नोलॉजी 2 साल दा डिप्लोमा है ते तुहानूं बहुत सारे कॉलेजेस विच मिल जाएगा जिवें कि लॉयलिस्ट, सेंटेनियल एंड जॉर्जियन। इस डिप्लोमे नूं कंप्लीट करन तों बाद तुहाडे कोल बहुत सारी जॉब अपॉर्चुनिटीज भी होणगीआं जिवें कि बायोटेक्नोलॉजी टेक्नीशियन, माइक्रोबायोलॉजिस्ट, रिसर्च टेक्नीशियन एंड लैबोरेटरी टेक्नीशियन। सो नैक्सट डिप्लोमा जो साडी लिस्ट विच है वह है डिप्लोमा ऑफ अर्ली चाइल्डहुड। अगर तुसी अपनी जो प्लस टू है विदाउट मैट पढ़ी है पंजाब विच जां किसी भी होर स्टेट विच तां तुसी डिप्लोमा ऑफ अर्ली चाइल्डहुड एजुकेशन भी अपलाई कर सकते हो। इस तों बाद जिहड़ियां जॉब अपॉर्चुनिटीज तुहानूं मिलणगीआं उह प्री स्कूल टीचर्स, किंडरगार्टन टीचर, नैनी, चाइल्ड केयर सेंटर डायरेक्टर ते स्पैशल एजुकेशन टीचर दीआं जॉब अपॉर्चुनिटीज हन। ਇਹ ਡਿਪਲੋਮਾ ਤੁਸੀਂ ਜਾਰਜ ਬਰਾਊਨ, ਸ਼ੈਰੀਡਨ, ਫੈਨਸ਼ੋ ਅਤੇ ਸੈਂਟੈਨੀਅਲ ਕਾਲਜ ਵਿੱਚ ਲੈ ਸਕਦੇ ਹੋ ਵਿਦਆਊਟ ਮੈਥ ਤੋਂ। ਨੈਕਸਟ ਡਿਪਲੋਮਾ ਇਨ ਓਵਰ ਲਿਸਟ ਇਜ਼ ਡਿਪਲੋਮਾ ਆਫ ਕਮਿਊਨਿਟੀ ਵਰਕਰ। ਡਿਪਲੋਮਾ ਆਫ ਕਮਿਊਨਿਟੀ ਵਰਕਰ ਤੋਂ ਬਾਅਦ ਵੀ ਤੁਹਾਨੂੰ ਬਹੁਤ ਸਾਰੀਆਂ ਜੋਬ ਅਪਰਚੁਨਿਟੀਜ਼ ਮਿਲ ਜਾਂਦੀਆਂ ਹਨ ਜਿਵੇਂ ਕਿ ਕੇਸ ਵਰਕਰ, ਕ੍ਰਾਈਸਿਸ ਇੰਟਰਵੈਂਸ਼ਨ ਵਰਕਰ, ਐਡਵੋਕੇਟ, ਕਾਉਂਸਲਰ, ਚਾਈਲਡ ਪ੍ਰੋਟੈਕਸ਼ਨ ਆਫਿਸਰ, ਕਮਿਊਨਿਟੀ ਪ੍ਰੋਗਰਾਮ ਕੋਆਰਡੀਨੇਟਰ। ਇਹ ਜਿਹੜਾ ਡਿਪਲੋਮਾ ਹੈ ਬਹੁਤ ਸਾਰੇ ਕਾਲਜਸ ਵਿੱਚ ਉਪਲਬਧ ਹੈ ਜਿਵੇਂ ਕਿ ਜਾਰਜ ਬਰਾਊਨ, ਸੈਨਿਕਾ, ਸ਼ੈਰੀਡਨ, ਹੰਬਰ ਐਂਡ ਸੈਂਟੇਨੀਅਲ। ਨੈਕਸਟ ਪ੍ਰੋਗਰਾਮ ਇਨ ਓਵਰ ਲਿਸਟ ਇਜ਼ ਡਿਪਲੋਮਾ ਆਫ ਪਰਸਨਲ ਸਪੋਰਟ ਵਰਕਰ ਔਰ ਡਿਪਲੋਮਾ ਆਫ ਡਿਵੈਲਪਮੈਂਟ ਸਰਵਿਸ ਵਰਕਰ। ਇਹ ਡਿਪਲੋਮਾ ਕੰਪਲੀਟ ਕਰਨ ਤੋਂ ਬਾਅਦ ਵੀ ਤੁਹਾਡੇ ਕੋਲ ਬਹੁਤ ਸਾਰੀਆਂ ਜੋਬ ਅਪਰਚੁਨਿਟੀਜ਼ ਹੁੰਦੀਆਂ ਹਨ ਜਿਵੇਂ ਕਿ ਪਰਸਨਲ ਸਪੋਰਟ ਵਰਕਰ, ਹੋਸਪਿਟੈਲਿਟੀ ਸਪੋਰਟ ਵਰਕਰ ਅਤੇ ਪੇਸ਼ੈਂਟ ਕੇਅਰ ਅਸਿਸਟੈਂਟ। ਇਹ ਜਿਹੜਾ ਡਿਪਲੋਮਾ ਹੈ ਤੁਹਾਨੂੰ ਸੈਂਟੇਨੀਅਲ, ਫੈਨਸ਼ੋ ਅਤੇ ਫਲੈਮਿੰਗ ਕਾਲਜ ਵਿੱਚ ਮਿਲ ਜਾਏਗਾ ਜੋ ਕਿ 2 ਸਾਲ ਦਾ ਡਿਪਲੋਮਾ ਹੈ। ਨੈਕਸਟ ਅਵੇਲੇਬਲ ਪ੍ਰੋਗਰਾਮ ਹੈ ਡਿਪਲੋਮਾ ਆਫ ਆਫਿਸ ਐਡਮਿਨ ਇਨ ਹੈਲਥ ਸਰਵਿਸਿਸ। ਡਿਪਲੋਮਾ ਆਫ ਆਫਿਸ ਐਡਮਿਨ ਇਨ ਹੈਲਥ ਸਰਵਿਸਿਸ ਕੰਪਲੀਟ ਕਰਨ ਤੋਂ ਬਾਅਦ ਤੁਹਾਨੂੰ ਬਹੁਤ ਸਾਰੀ ਜੋਬ ਅਪਰਚੁਨਿਟੀਜ਼ ਹਨ ਜਿਵੇਂ ਕਿ ਤੁਸੀਂ ਐਜ਼ ਏ ਰਿਸੈਪਸ਼ਨਿਸਟ ਕੰਮ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪਰਸਨਲ ਅਸਿਸਟੈਂਟ ਵੀ ਕੰਮ ਕਰ ਸਕਦੇ ਹੋ। ਆਫਿਸ ਮੈਨੇਜਰ ਇਜ਼ ਆਲਸੋ ਇਨ ਦਾ ਲਿਸਟ, ਲੀਗਲ ਸੈਕਟਰੀ, ਮੈਡੀਕਲ ਸੈਕਟਰੀ। ਸੋ ਬਹੁਤ ਸਾਰੀਆਂ ਜੋਬ ਅਪਰਚੁਨਿਟੀਜ਼ ਹਨ ਇਸ ਡਿਪਲੋਮੇ ਨੂੰ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਮੈਡੀਕਲ ਸੈਂਟਰਸ ਵਿੱਚ ਇਹ ਸਾਰੀਆਂ ਜੋਬਸ ਅਪਲਾਈ ਕਰ ਸਕਦੇ ਹੋ। ਇਹ ਡਿਪਲੋਮਾ ਤੁਹਾਨੂੰ ਨਾਇਗਰਾ, ਸੈਨਿਕਾ, ਜਾਰਜ ਬਰਾਊਨ ਐਂਡ ਸੇਂਟ ਕਲੇਅਰ ਕਾਲਜ ਵਿੱਚ ਮਿਲ ਜਾਏਗਾ। ਨੈਕਸਟ ਪ੍ਰੋਗਰਾਮ ਜੋ ਸਾਡੀ ਲਿਸਟ ਵਿੱਚ ਹੈ ਉਹ ਪ੍ਰੋਗਰਾਮ ਹੈ ਡਿਪਲੋਮਾ ਆਫ ਫਿਟਨੈਸ ਐਂਡ ਹੈਲਥ ਪ੍ਰਮੋਸ਼ਨ। ਡਿਪਲੋਮਾ ਆਫ ਫਿਟਨੈਸ ਐਂਡ ਹੈਲਥ ਪ੍ਰਮੋਸ਼ਨ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਜੋਬ ਅਪਰਚੁਨਿਟੀਜ਼ ਵੀ ਮਿਲ ਜਾਂਦੀਆਂ ਜਿਵੇਂ ਕਿ ਹੈਲਥ ਕੇਅਰ ਪ੍ਰਮੋਟਰ, ਹੈਲਥ ਪ੍ਰਮੋਟਰ, ਪਰਸਨਲ ਟ੍ਰੇਨਰ, ਪ੍ਰੋਗਰਾਮ ਡਾਇਰੈਕਟਰ ਐਂਡ ਵੈਲਨੈਸ ਕੰਸਲਟੈਂਟ। ਇਹ ਸਾਰੀਆਂ ਜੋਬ ਅਪਰਚੁਨਿਟੀਜ਼ ਵੀ ਉਪਲਬਧ ਹਨ। ਇਸ ਤੋਂ ਇਲਾਵਾ ਇਸ ਡਿਪਲੋਮੇ ਨੂੰ ਕਰਨ ਦਾ ਫਾਇਦਾ ਇਹ ਵੀ ਹੈ ਕਿ ਤੁਸੀਂ ਨੈਕਸਟ ਆਪਣੀ ਜੋ ਸਟੱਡੀ ਹੈ ਉਹ ਫਿਜ਼ੀਓਥੈਰੇਪਿਸਟ ਵਿੱਚ ਵੀ ਕਰ ਸਕਦੇ ਹੋ। ਕੁਛ ਕੁਛ ਕਾਲਜਾਂ ਵਿੱਚ ਇਹ ਡਿਪਲੋਮੇ ਨੂੰ ਕਰਨ ਵਾਸਤੇ ਫਿਜ਼ੀਕਲ ਐਜੂਕੇਸ਼ਨ ਜੋ ਸਬਜੈਕਟ ਹੈ 12th ਵਿੱਚ ਉਹ ਕੰਪਲਸਰੀ ਰੱਖਿਆ ਗਿਆ ਹੈ, ਬਟ ਸਾਰੇ ਕਾਲਜਸ ਵਿੱਚ ਇਹ ਰਿਕੁਆਇਰਮੈਂਟ ਨਹੀਂ ਹੈ। ਸੋ ਤੁਸੀਂ ਵਿਦਆਊਟ ਮੈਥ ਇਹ ਪ੍ਰੋਗਰਾਮ ਵੀ ਕੈਨੇਡਾ ਵਿੱਚ ਈਜ਼ਲੀ ਅਪਲਾਈ ਕਰ ਸਕਦੇ ਹੋ। ਇਹ ਡਿਪਲੋਮਾ ਤੁਹਾਨੂੰ ਸੈਨਿਕਾ, ਹੰਬਰ, ਸੈਂਟੇਨੀਅਲ, ਐਲਗੋਨਕਵਿਨ ਅਤੇ ਜਾਰਜੀਅਨ ਕਾਲਜ ਵਿੱਚ ਮਿਲ ਜਾਏਗਾ। ਸੋ ਗਾਇਸ, ਆਈ ਹੋਪ ਕਿ ਇਹ ਵੀਡੀਓ ਪਲੱਸ ਟੂ ਵਾਲੇ ਉਹਨਾਂ ਬੱਚਿਆਂ ਲਈ ਬਹੁਤ ਹੀ ਇਨਫੋਰਮੇਟਿਵ ਹੈ ਜਿਨ੍ਹਾਂ ਨੇ ਆਪਣੀ 12th ਮੈਡੀਕਲ ਸਟ੍ਰੀਮ ਵਿੱਚ ਪਾਸ ਕੀਤੀ ਹੈ ਵਿਦਆਊਟ ਮੈਥ। ਸੋ ਪਲੀਜ਼ ਲਾਈਕ ਦਿਸ ਵੀਡੀਓ ਐਂਡ ਸ਼ੇਅਰ ਦਿਸ ਵੀਡੀਓ। ਇਸ ਤੋਂ ਇਲਾਵਾ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਹੋਰ ਵੀ ਅਪਡੇਟਸ ਮਿਲ ਸਕਣ।